ਤੁਸੀਂ ਇੱਕ ਸ਼ੀਸ਼ੇ ਦਾ ਟੁਕੜਾ, ਸਫੇਦ ਕਾਗਜ਼ ਅਤੇ ਇੱਕ ਅੱਧਾ ਕਟੋਰਾ ਪਾਣੀ ਦੀ ਵਰਤੋਂ ਕਰਕੇ ਇੱਕ ਆਮ ਇੰਦਰਧਨੁਸ਼ ਬਣਾ ਸਕਦੇ ਹੋ। ਇਹ ਬਹੁਤ ਖੂਬਸੂਰਤ ਲੱਗੇਗਾ। ਫਿਰ ਖੁੱਲ੍ਹੇ ਮੈਦਾਨ ਵਿੱਚ ਜਾਓ ਅਤੇ ਸ਼ੀਸ਼ੇ ਦਾ ਟੁਕੜਾ ਪਾਣੀ ਦੇ ਡੋਂਗੇ ਵਿੱਚ 45 ਡਿਗਰੀ ਐਂਗਲ 'ਤੇ ਰੱਖ ਲਓ ਅਤੇ ਹੁਣ ਇਹ ਪਾਣੀ ਅਤੇ ਸ਼ੀਸ਼ੇ ਦਾ ਟੁਕੜਾ ਇੱਕ ਪ੍ਰਿਜ਼ਮ ਬਣਾ ਲੈਣਗੇ। ਕਾਗਜ਼ ਨੂੰ ਸ਼ੀਸ਼ੇ ਅਤੇ ਪਾਣੀ ਦੇ ਦੂਰੀ ਇਸ ਤਰ੍ਹਾਂ ਬਣਾਓ ਕਿ ਉਸ ਉੱਤੇ ਉਸਦੀਆਂ ਕਿਰਨਾਂ ਦਿਖਾਈ ਦੇਣ ਅਤੇ ਇਸ ਨਾਲ ਪ੍ਰਿਜ਼ਮ ਸ਼ੀਸ਼ੇ ਅਤੇ ਪਾਣੀ ਦੇ ਵਿੱਚੋਂ ਕਲੀਅਰ ਸਪਸ਼ਟ ਦਿਖਾਈ ਦੇਵੇਗਾ, ਜਿਹੜਾ ਕਾਗਜ਼ ਉੱਤੇ ਇੱਕ ਖੂਬਸੂਰਤ ਇੰਦਰਧਨੁਸ਼ ਦੀਆਂ ਕਿਰਨਾਂ ਨੂੰ ਬਣਾਵੇਗਾ।